ओके सत श्री अकाल, मेरा नाम पगपग दीपक और अज रविंदर गरेवाल भाजी आए ने, राजीव ठाकुर भाजी आए ने। भाजी हुणा ना पहला भी मैं एक मुर्गा बनाया सीगा, ਗਾਲਾਂ ਬਹੁਤ ਪਈਆਂ ਸੀ ਸਾਨੂੰ ਬੀਐਨ ਸ਼ਰਮਾ ਜੀ ਦਾ। ਸੋ ਭਾਜੀ ਦੀ ਮੂਵੀ ਆ ਰਹੀ ਹੈ ਦੀਵਾਲੀ ਤੋਂ ਇੱਕ ਦਿਨ ਬਾਅਦ, ਔਰ ਮੂਵੀ 'ਚ ਇੱਕ ਪਿਆਰੀ ਜਿਹੀ ਕੁੜੀ ਹੈ ਸਾਰਾ ਗੁਰਪਾਲ। ਨਾ ਕਰੋ ਯਾਰ ਮੈਨੂੰ ਨਾ ਪਾਓ ਮੈਂ, ਅਰੇ ਗਾਲਾਂ ਥੋੜ੍ਹੀ ਬਾਅਦ 'ਚ ਦੱਸ ਹੀ ਦੇਣਾ ਆਪਾਂ। ਰੀਪ ਤੂੰ ਹੀ ਨਾ ਕਰੀ ਹੈ ਨਹੀਂ ਭਾਜੀ ਮੈਨੂੰ ਪਤਾ ਕੀ ਮੁਰਸੋ। ਸੋ ਅਸੀਂ ਕਾਲ ਕਰਨ ਲੱਗੇ ਹਾਂ ਔਰ ਆਈਡੀਆ ਅਸੀਂ ਡਿਸਾਈਡ ਕਰ ਲਿਆ ਕੀ ਹੈ, ਦੇਖਦੇ ਉਹਨਾਂ ਦਾ ਕਿੱਦਾਂ ਦਾ ਬਣਦਾ ਮੁਰਗਾ। ਹੈਲੋ, ਹਾਂ ਸਾਰਾ। ਹਾਂਜੀ ਰਵਿੰਦਰ ਜੀ, ਇੱਕ ਸੈਕਿੰਡ ਰੁਕਿਓ। ਹਾਂਜੀ ਹਾਂਜੀ। ਅੱਛਾ ਕਿੱਥੇ ਕੁ ਚਲੇ ਗਏ ਤੁਸੀਂ? ਮੈਂ ਤਾਂ ਨਿਕਲ ਗਈ। ਨਹੀਂ ਤੁਸੀਂ ਕਿੰਨੀ ਕੁ ਦੂਰ ਲੰਘੇ? ਮੈਂ ਤਾਂ ਹੁਣ ਹੋਟਲ ਮਸਾਂ ਦਾ ਪਹੁੰਚਿਆ, ਮੇਰਾ ਸਿਰ ਬਹੁਤ ਦੁਖਦਾ ਪਿਆ ਸੀ, ਮੈਂ ਹੁਣ ਰੈਸਟ ਕਰਾਂ। ਤੁਸੀਂ ਬਾਹਰ ਤੋਂ ਬੈਠੀ ਸੀ ਨਾ, ਮੇਰਾ ਖਿਆਲ ਇਹਨਾਂ ਦਾ ਜਿਹੜਾ ਕਾਨਫਰੰਸ ਰੂਮ ਜਿਹਾ ਜਿੱਥੇ ਆਪਾਂ ਆ ਕੇ ਬੈਠੇ ਸੀਗੇ। ਹਾਂਜੀ ਹਾਂਜੀ ਸਾਰੇ ਬੈਠੇ ਸੀ ਉੱਥੇ। ਹਾਂ ਮੈਂ ਸਾਰੇ ਉੱਥੇ ਬੈਠੀ। ਉੱਥੇ ਨਾ ਇੱਥੇ ਇੱਕ ਬੰਦਾ ਯਾਰ ਬੜਾ ਅਜੀਬੋ ਗਰੀਬ ਜਿਹਾ, ਉਹਨਾਂ ਤਾਂ ਬੜੀ ਬਦਤਮੀਜੀ ਨਾਲ ਸਾਡੇ ਨਾਲ ਵੀ ਉੱਦਾਂ ਹੀ ਉਹ ਗੱਲ ਕਰ ਰਿਹਾ। ਅਤੇ ਉੱਥੇ ਨਾ ਕੋਈ ਫੋਨ ਇੱਕ ਚਾਰਜਿੰਗ 'ਤੇ ਲੱਗਿਆ ਹੋਇਆ ਸੀ, ਬਲੈਕ ਜਿਹੇ ਕਲਰ ਦਾ, ਉਹ ਮੈਂ ਦੇਖਿਆ ਵੀ ਸੀ ਜਦੋਂ ਆਇਆ, ਮੇਰੀ ਵੀ ਨਿਗਾਹ ਪਈ ਸੀ। ਗੱਲ ਪਤਾ ਕੀ ਹੋਈ, ਉੱਥੇ ਨਾ ਉਹ ਫੋਨ ਉਹਨੇ ਬੰਦੇ ਨੇ ਲਾਇਆ ਸੀ ਆਪਣਾ ਚਾਰਜਿੰਗ 'ਤੇ, ਅਤੇ ਉਹ ਹੁਣ ਮਿਲ ਨਹੀਂ ਰਿਹਾ। ਅਤੇ ਉਹ ਪਤਾ ਨਹੀਂ ਹੁਣ ਉਹ ਕਹਿੰਦਾ ਜੀ ਤੁਹਾਡੇ ਹੀ ਬੰਦੇ ਆਏ ਸੀ ਸਾਰੇ, ਅਤੇ ਤੁਹਾਡਾ ਹੀ ਪੂਰਾ ਗਰੁੱਪ ਇੱਥੇ ਬੈਠਾ ਸੀਗਾ, ਅਤੇ ਫੋਨ ਹੁਣ ਬਾਕੀ ਸਾਰੇ ਤਾਂ ਇੱਥੋਂ ਹੀ ਆ, ਅਤੇ ਹੁਣ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਪਹਿਲਾਂ ਮੈਂ ਤਾਂ ਇਹਨਾਂ ਨੂੰ ਆਪ ਹੀ ਕਹੀ ਜਾਂਦਾ ਸੀ ਵੀ ਹੁਣ ਸਾਰਿਆਂ ਨੂੰ ਥੋੜ੍ਹਾ ਆਪਾਂ ਇਹ ਗੱਲ ਪੁੱਛ ਸਕਦੇ ਹਾਂ। ਮੈਂ ਚੈੱਕ ਇੱਕ ਸੈਕਿੰਡ ਮੇਰੀ ਗੱਲ ਸੁਣੋ, ਪਹਿਲੀ ਗੱਲ ਤੁਸੀਂ ਕਰਦੇ ਕਿਉਂ ਉਹਨਾਂ ਦਾ, ਮਤਲਬ ਇਹ ਤਾਂ ਕੋਈ ਗੱਲ ਹੀ ਨਹੀਂ ਹੋਈ। ਚੰਗੀ ਪ੍ਰਮੋਸ਼ਨ ਹੋਈ ਹੈ ਡੰਗਰ ਡਾਕਟਰ ਜੈਲੀ ਦੀ, ਸਾਰਾ ਮੈਂ ਉਹ ਮੁੰਡੇ ਨੂੰ ਇੱਥੇ ਲਿਆਉਣਾ ਆ, ਦੋ ਮਿੰਟ ਉਹਦੇ ਨਾਲ ਹੀ ਗੱਲ ਕਰ ਲੈ ਭਾਜੀ। ਆਓ ਜਰਾ ਕਰਿਓ ਜਰਾ, ਹਾਂ ਯਾਰ ਬੰਦਾ ਇਹ ਯਾਰ ਤੂੰ ਕੀ, ਤੂੰ ਆਪ ਹੀ ਦੱਸ। ਤਮੀਜ਼ ਨਾਲ ਗੱਲ ਕਰੀ ਨਾਲੇ ਭਾਜੀ, ਮੇਰੀ ਗੱਲ ਸੁਣੋ ਤਮੀਜ਼ ਨਾਲ ਭਾਜੀ, ਮੇਰੀ ਗੱਲ ਸੁਣੋ ਭਾਜੀ ਨੀ ਗਏ ਹੋ ਮੈਡਮ ਆ, ਮੈਡਮ ਮੇਰੀ ਗੱਲ ਸੁਣੋ। ਦੇਖੋ ਜੀ ਜਿਹਦੀ ਚੀਜ਼ ਗੁਆਚਦੀ ਆ ਉਹ ਗੱਲ ਕਰਦਾ, ਇੱਥੇ ਜਿੰਨੇ ਬੰਦੇ ਆ ਸਾਰੇ ਹੈਗੇ ਆ ਜੀ। ਮੈਂ ਹੁਣੀ ਲਿਆ ਕਿਸ਼ਤਾਂ ਦੇ, ਮੇਰੀਆਂ ਕਿਸ਼ਤਾਂ ਨੀ ਪੂਰੀਆਂ ਹੋਈਆਂ ਜੀ। ਤੁਸੀਂ ਮੈਡਮ ਜੀ ਜਿਹੜਾ ਚੀਜ਼ ਗੁਆਚੀ ਹੁੰਦੀ ਨਾ ਉਹਨੂੰ ਦੁੱਖ ਹੀ ਲੱਗਦਾ। ਮੈਂ ਤੁਹਾਨੂੰ ਮੈਡਮ, ਮੈਂ ਰਿਕੁਐਸਟ, ਮੈਂ ਮੇਰੀ ਗੱਲ ਸੁਣੋ, ਇੱਜ਼ਤ ਕਰਨ ਡਿਆ ਮੈਡਮ, ਮੇਰੀ ਗੱਲ ਸੁਣੋ। ਮੈਂ ਤੁਹਾਨੂੰ ਇੱਕ ਵਾਰੀ ਵੀ ਕਿਹਾ ਕਿ ਤੁਸੀਂ ਚੋਰੀ ਕੀਤੀ ਜਾਂ ਕੁਝ ਕੀਤਾ? ਹਾਂਜੀ ਮੈਡਮ ਮੇਰੀ ਗੱਲ ਸੁਣੋ ਇੱਕ ਮਿੰਟ ਭਾਜੀ, ਮੇਰੀ ਗੱਲ ਸੁਣੋ। ਇਹ ਜਿੰਨੇ ਬੰਦੇ, ਦੇਖੋ ਮੈਂ ਕਿਸੇ 'ਤੇ ਸ਼ੱਕ ਨਹੀਂ ਕਰਦਾ, ਜਿਹਦੀ ਚੀਜ਼ ਗੁਆਚੀ ਉਹ ਰੋਂਦਾ ਹੀ ਆ ਬੰਦਾ। ਮੇਰੀ ਗੱਲ ਸੁਣੋ, ਜੇ ਤੁਸੀਂ ਇੱਥੇ ਬੈਠੇ ਮੈਂ ਸਾਰਿਆਂ ਦਾ ਦੇਖ ਲਿਆ ਹੈਗਾ, ਇੱਕੋ ਜਣਾ ਰਹਿ ਗਿਆ ਨਹੀਂ ਸੀਗਾ, ਜੇ ਇਹਨਾਂ ਨੇ ਨਹੀਂ ਚੱਕਿਆ ਮੈਨੂੰ ਤਾਂ ਲੱਗਦਾ ਰੱਖਣਗੇ ਆ, ਇਹ ਤਾਂ ਆਪ ਨਿਕਲ ਗਏ। ਥੋੜ੍ਹੇ ਤਮੀਜ਼ ਨਾਲ ਗੱਲ ਕਰ, ਇਹਨੇ ਚੱਕਿਆ ਜੀ ਮੈਨੂੰ, ਜਾਂ ਤਾਂ ਸਾਨੂੰ ਪੈਸੇ ਦਿਓ ਜੀ। ਮੈਂ ਨਵਾਂ ਲਿਆ ਜੀ 3200 ਰੁਪਏ ਦਾ। ਇਹੀ ਹੈ ਜੀ, ਇੱਕੋ ਹੀ ਹੈ, ਇੱਕੋ ਹੀ ਹੈ, ਇੱਕੋ ਹੀ ਹੈ, ਇੱਕੋ ਹੀ ਹੈ ਯਾਰ। ਪਤਾ ਨਹੀਂ ਯਾਰ, ਸਾਨੂੰ ਨਹੀਂ ਪਤਾ, ਤੁਸੀਂ ਆਪਣੀ ਮੂਵੀ ਦੀ ਪ੍ਰਮੋਸ਼ਨ ਕਰਨ ਆਏ ਕਰੋ ਭਰਾਵਾ, ਸਾਡਾ ਬਾਬਾ ਜੀ ਫੋਨ ਚਾਹੀਦਾ ਸਾਨੂੰ, ਇਹ ਕੁੜੀ ਕੋਈ ਹੈ, ਮੈਂ ਮੈਨੂੰ ਕੀ ਲੈਣਾ ਦੇਣਾ ਹੀਰੋਇਨ ਹੋਵੇ, ਸਾਰਾ ਅਸੀਂ ਪੈਸੇ ਦੇ ਦਿੰਦੇ ਤੇ ਕੰਮ ਖਤਮ ਕਰਦੇ ਯਾਰ, ਮੈਨੂੰ ਕੀ ਲੈਣ ਦੇਣਾ ਹੀਰੋਇਨ ਹੋਏਗੀ, ਹੋਏਗੀ। ਓਏ ਤਮੀਜ਼ ਨਾਲ ਗੱਲ ਕਰ, ਤਮੀਜ਼ ਨਾਲ ਗੱਲ ਕੀ, ਜਿਹਦੀ ਚੀਜ਼ ਗੁਆਚੀ ਉਹ ਬੋਲੇਗਾ, ਬੋਲਦਾ ਕਿ ਜਿਹਦੀ ਚੀਜ਼ ਗੁਆਚੀ, ਤੁਹਾਡੇ ਫੋਨ ਚੱਕਣ ਲਈ ਬੁਲਾਇਆ ਤੁਹਾਨੂੰ।
ਮੰਨ ਗਏ ਨਾ ਹੁਣ ਮੈਂ ਚੱਕ ਕੇ ਲਗਾਈ ਆ ਮੰਨ ਗਏ ਨਾ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੰਨ ਕੇ ਕਹਿੰਦੇ ਮੈਂ ਚੱਕ ਕੇ ਲਗਾਈ ਆ ਆਹ ਭਾਈ ਏਦਾਂ ਦੀਆਂ ਹੀਰੋਇਨਾਂ ਰੱਖਦੇ ਹੋ ਸਾਡੇ ਪੈਸੇ ਅਸੀਂ ਪ੍ਰਮੋਸ਼ਨਾਂ ਲਈ ਬਣਾਇਆ ਪਹਿਲੇ ਕਹਿ ਰਿਹਾ ਸੀ ਅਸੀਂ ਪੈਸੇ ਪਾ ਕੇ ਦੇ ਦਈਏ ਪੈਸੇ ਮੇਰਾ ਆਪਣਾ ਸੂ ਸੂ ਨਿਕਲਿਆ ਹੋਇਆ ਜੀ ਮੇਰਾ ਫੋਨ ਗਵਾਚ ਗਿਆ ਆਹੀ ਆ ਖੁੱਲੇ ਕੱਪੜੇ ਪਾ ਕੇ ਲੁਕੋ ਕੇ ਲੈ ਗਈ ਭਾਜੀ ਮੈਨੂੰ ਚਾਹੇ ਕਹਿੰਦਾ ਤੂੰ ਖੁੱਲੇ ਕੱਪੜੇ ਪਾ ਕੇ ਤੂੰ ਪਾਗਲ ਕਰਾਇਆ ਥੋੜਾ ਸਾਰਾ ਫੋਨ ਚੱਕਦੀ ਹੈ ਖੁੱਲੇ ਕੱਪੜੇ ਦਾ ਮੈਮ ਦੋਨੋਂ ਕੰਨ ਫੜੇ ਹੋਏ ਮਾਫੀ ਕਰ ਦੋ ਮਜ਼ਾਕ ਕਰ ਰਿਹਾ ਪਕ ਪਕ ਦੀਪਕ ਬੋਲ ਰਿਹਾ ਮੈਮ ਮੈਂ ਮੁਰਗਾ ਬਣਿਆ ਪਰ ਤੁਸੀਂ ਕੁੱਕੜੂ ਕੁੜੂਕ ਤਾਂ ਕਹਿ ਦਿਓ ਪਰ ਖੁੱਲੇ ਕੱਪੜੇ ਪਾ ਕੇ ਨਾ ਆਇਆ ਕਰੋ ਫਿਰ ਅਗਲਾ ਸ਼ੱਕ ਕਰ ਲੈਂਦਾ ਵੀ ਫੋਨ ਨਾ ਚੱਕ ਲੈ ਗਈ ਉਹ ਕਿਤੇ ਚਲੋ ਓਕੇ ਚਲੋ ਓਕੇ ਬਾਏ 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 ਰੈਸਟ ਕਰੋ।